ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜਗਤਾਰ ਸਿੰਘ ਜੱਗੀ ਲੈ ਕੇ ਹਾਜ਼ਰ ਅੱਜ ਦਾ ਖਾਸ ਪ੍ਰੋਗਰਾਮ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵਾਸਤੇ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਅਵੇਅਰਨੈਸ ਜਾਂ ਕੋਈ ਨਾ ਕੋਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਦੀ ਹੈ ਤੇ ਅੱਜ ਦੀ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਹੋਵੇਗੀ ਚਾਹੇ ਅਸੀਂ ਕਿਸੇ ਮੁਲਕ ਦੀ ਗੱਲ ਕਰ ਲਈਏ ਖਾਸ ਤੌਰ ਤੇ ਅਮਰੀਕਾ ਦੀ ਗੱਲ ਕਰੀਏ ਤਾਂ ਸਾਡੀ ਪੰਜਾਬੀ ਕਮਿਊਨਿਟੀ ਦੇ ਮੈਕਸਿਮਮ ਜਿਹੜੇ ਲੋਕ ਨੇ ਉਹ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਹੈਗੇ ਨੇ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤੇ ਟਰੱਕਿੰਗ ਇੰਡਸਟਰੀ ਆਪਣੇ ਆਪ ਦੇ ਵਿੱਚ ਇੱਕ ਐਸੀ ਇੰਡਸਟਰੀ ਹੈ ਜਿਹੜੀ ਜਿਹਦੇ ਸਿਰ ਤੇ ਖਾਸ ਤੌਰ ਤੇ ਅਮਰੀਕਾ ਦੀ ਇਕਨੋਮੀ ਜਿਹੜੀ ਹੈ ਟਰੱਕਿੰਗ ਇੰਡਸਟਰੀ ਦੇ ਉੱਪਰ ਖੜੀ ਹੈ ਤੇ ਟਰਕਿੰਗ ਇੰਡਸਟਰੀ ਦੇ ਵਿੱਚ ਇੱਕ ਸਾਡੇ ਬਹੁਤ ਹੀ ਪੁਰਾਣੇ ਤੇ ਬਹੁਤ ਸਤਕਾਰਯੋਗ ਹਸਤੀ ਹੈਗੀ ਹੈ ਜੀ ਯੂਬਾ ਸਿਟੀ ਯੂਬਾ ਸਿਟੀ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਵੈਸੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਕੈਲੀਫੋਰਨੀਆ ਦੇ ਵਿੱਚ ਜਾਣਿਆ ਜਾਂਦਾ ਪਰ ਯੂਬਾ ਸਿਟੀ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਇੱਕ ਵਧੀਆ ਇਨਸਾਨ ਵਧੀਆ ਬਿਜ਼ਨਸਮੈਨ ਤੇ ਨਾਲ ਦੀ ਨਾਲ ਕੋਈ ਵੀ ਸਮਾਜ ਸੇਵਾ ਦਾ ਕੰਮ ਹੋਵੇ ਕਿਤੇ ਧਰਮ ਦੀ ਗੱਲ ਹੋਵੇ ਚਾਹੇ ਸਭਿਆਚਾਰ ਦੀ ਗੱਲ ਹੋਵੇ ਚਾਹੇ ਖੇਡਾਂ ਦੀ ਗੱਲ ਹੋਵੇ ਆਰ ਕੰਮ ਦੇ ਵਿੱਚ ਵਾਚੜ ਕੇ ਯੋਗਦਾਨ ਪਾਉਂਦੇ ਨੇ ਲੇਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਦੇ ਸਨੀ ਸਮਰਾਜੀ ਸਾਡੇ ਨਾਲ ਅੱਜ ਹੈਗੇ ਨੇ ਇਹਨਾਂ ਨਾਲ ਥੋੜੀ ਬਹੁਤ ਗੱਲਬਾਤ ਕਰਦੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਬਹੁਤ ਲੰਮਾ ਤਜਰਬਾ ਸਰੀ ਪਾਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਡਾ ਲੱਕ ਹੈ ਜੀ ਕਿ ਤੁਸੀਂ ਬਹੁਤ ਘੱਟ ਕੈਮਰੇ ਅੱਗੇ ਆਉਣੇ ਹੋ ਅੱਜ ਆਏ ਹੋ ਸਤਿ ਸ਼੍ਰੀ ਅਕਾਲ ਬਹੁਤ ਬਸਵਾਗੇ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਮੈਂ ਕਹਾਂ ਵੀ ਇਹ ਵਾਕਈ ਸਾਡੇ ਵਾਸਤੇ ਖੁਸ਼ਕਿਸਮਤੀ ਦੀ ਗੱਲ ਹੈ ਵੀ ਤੁਸੀਂ ਇਹ ਕੈਮਰੇ ਅੱਗੇ ਆਏ ਅੱਜ ਥੈਂਕ ਯੂ ਜੀ ਥੈਂਕ ਯੂ ਅੱਛਾ ਪਾਜੀ ਟਰਕਿੰਗ ਇੰਡਸਟਰੀ ਦੀ ਐਕਸ ਇੰਡੀਆ ਨੂੰ ਅਗਰ ਕੰਪੇਅਰ ਕਰਦੇ ਆਂ ਤੇ ਵੱਖਰਾ ਪ੍ਰਭਾਵ ਪੈਂਦਾ ਦਿਮਾਗ ਦੇ ਵਿੱਚ ਅਗਰ ਅਮਰੀਕਾ ਦੀ ਟਰਕਿੰਗ ਇੰਡਸਟਰੀ ਦੀ ਗੱਲ ਕਰਦੇ ਤੇ ਇੱਕ ਬਹੁਤ ਵੱਡਾ ਸੁਪਨਾ ਸਾਡੇ ਸਾਹਮਣੇ ਆ ਜਾਂਦਾ ਹੈ ਕਿਉਂਕਿ ਹਰ ਬੰਦਾ ਟਰਕਿੰਗ ਇੰਡਸਟਰੀ ਵਿੱਚ ਆਉਣਾ ਚਾਹੁੰਦਾ ਹੈ ਪੈਸੇ ਕਮਾਉਣਾ ਚਾਹੁੰਦਾ ਇਹ ਟਰਕਿੰਗ ਇੰਡਸਟਰੀ ਵਿੱਚ ਜਿਹੜੇ ਬਹੁਤ ਸਾਰੇ ਲੋਕ ਹੈਗੇ ਨੇ ਜੀ ਮੇਰੇ ਵਰਗੇ ਉਹ ਦੇਖਾ ਦੇਖੀ ਕੰਮ ਕਰ ਲੈਂਦੇ ਨੇ ਤੇ ਬੇਸਿਕ ਕੀ ਹੈਗਾ ਜੀ ਮੈਂ ਤਾਂ ਅਸੀਂ ਜੇ ਤੁਹਾਡੀ ਜਾਣਕਾਰੀਆਂ ਤੁਹਾਡਾ ਤਜਰਬਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਹੋਵੇ ਤੇ ਇੱਕ ਲਾਇਸੈਂਸ ਲੈਂਡ ਤੋਂ ਲੈ ਕੇ ਅੱਗੇ ਕੀ ਕੀ ਹੈਗੀਆਂ ਚੀਜ਼ਾਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਪਹਿਲੋਂ ਤਾਂ ਜੀ ਮੈਂ ਗੱਲ ਕਹੂੰਗਾ ਵੀ ਜਿਹੜੀ ਟਰੱਕਿੰਗ ਇੰਡਸਟਰੀ ਹੈ ਇਹ ਸਭ ਤੋਂ ਔਖੀ ਇੰਡਸਟਰੀ ਆ ਪਰ ਇਹ ਹੈਗਾ ਇੱਕ ਬਿਜ਼ਨਸ ਦੇ ਤੌਰੰਗ ਹਾਂ ਵੀ ਜਿੱਦਾਂ ਹਰੇਕ ਬਿਜ਼ਨਸ ਦੇ ਵਿੱਚ ਰੂਲਸ ਰੈਗੂਲੇਸ਼ਨਸ ਆ ਉਹ ਮਸਟ ਫਾਲੋ ਕਰਨੇ ਪੈਂਦੇ ਆ ਇਹਦੀ ਜਿਹੜੀ ਬਈ ਜਿਹੜੀ ਨੀਂਦ ਤੋਂ ਲੈ ਕੇ ਉੱਪਰ ਤੱਕ ਇਹ ਸਭ ਤੋਂ ਮੈਂ ਵੀ ਕਹਿ ਸਕਦਾ ਵੀ ਇਹ ਰਿਸਕੀ ਬਿਜ਼ਨਸ ਹੈ ਕਿਉਂਕਿ ਟਰੱਕ ਜਾਂ ਰੋਡ ਦੇ ਉੱਤੇ ਤੁਹਾਨੂੰ ਪਤਾ ਬਾਹਰਲੇ ਮੁਲਕਾਂ ਦੇ ਕਾਨੂੰਨ ਕਿੰਨੇ ਸਖਤ ਆ ਵੀ ਜੇ ਕਿਸੇ ਦੇ ਮਾੜੀ ਜਿਹੀ ਖਰੋਚ ਵੀ ਲੱਗ ਜਵੇ ਤੇ ਤੁਹਾਨੂੰ ਉਹਦਾ ਮੁਆਵਜ਼ਾ ਭਰਨਾ ਪੈਂਦਾ ਸੋ ਹਾਈਲੀ ਬਈ ਲਾਇਬਿਲਿਟੀ ਦਾ ਆਲਾ ਬਿਜ਼ਨਸ ਹੈ ਆਇਆ ਹੈ ਤੇ ਮੰਤਲ ਕੀ ਬਹੁਤ ਜਿਆਦਾ ਰੈਡ ਟੇਪ ਵੀ ਹੈ ਤੇ ਆਲੇ ਦੁਆਲੇ ਵੀ ਤੁਹਾਨੂੰ ਬਹੁਤ ਸੂਸ ਸਮਝ ਕੇ ਇਸ ਬਿਜ਼ਨਸ ਦੇ ਵਿੱਚ ਬਹੁਤ ਧਿਆਨ ਦੇ ਨਾਲ ਹਰੇਕ ਕਾਨੂੰਨ ਨੂੰ ਪਾਲਣ ਕਰਕੇ ਤੇ ਤਾਂ ਹੀ ਤੁਸੀਂ ਇਸ ਕੰਮ ਦੇ ਵਿੱਚ ਤਰੱਕੀ ਕਰ ਸਕਦੇ ਆ ਇੱਕ ਹੋਰ ਗੱਲ ਜਿਹੜੀ ਹੈ ਜੇ ਅਸੀਂ ਗੱਲ ਕਰੀਏ ਪੰਜਾਬੀ ਸਾਡੀ ਕਮਿਊਨਿਟੀ ਦੀ ਤੇ ਆਮ ਤੌਰ ਤੇ ਜਿਵੇਂ ਤੁਹਾਡੀ ਕੰਪਨੀ ਨੂੰ ਮੈਂ ਜਾਣਦਾ ਲੰਬੇ ਸਮੇਂ ਤੋਂ ਤੁਹਾਨੂੰ ਜਾਣਦਾ ਲੰਬੇ ਸਮੇਂ ਤੋਂ ਤੇ ਤੁਸੀਂ ਪੂਰੇ ਲੀਗਲ ਤਰੀਕੇ ਨਾਲ ਸਾਰੇ ਕੰਮ ਕਰਦੇ ਹੋ 401k ਪਲਾਨ ਜਿਹੜਾ ਹੈ ਡਾਇਰੈਕਟ ਡਿਪੋਜ਼ਿਟ ਹੈ ਬਾਕੀ ਹੈਲਥ ਦੀ ਜਿੰਨੀਆਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਲਥ ਦੀ ਗੱਲ ਕਰਦੇ ਪੂਰਾ ਟੋਟਲ ਤੁਹਾਡੀ ਕੰਪਨੀ ਧਿਆਨ ਰੱਖਦੀ ਹੈ ਪਰ ਅਸੀਂ ਸਾਡੇ ਇਹੋ ਜਿਹੇ ਦੋਸਤਾਂ ਮਿੱਤਰਾਂ ਨੂੰ ਵੀ ਜਾਣਦੇ ਜਿਹੜੇ ਕਹਿੰਦੇ ਵੀ ਯਾਰ ਲੀਗਲੀ ਚੱਲ ਕੇ ਸਹੀ ਕੰਮ ਕਰਕੇ ਪੂਰੀ ਨਹੀਂ ਪੈਂਦੀ ਕੀ ਇਹ ਉਹਨਾਂ ਦੀ ਇਹ ਸੋਚ ਕਿਉਂ ਹੈ ਭਾਜੀ ਪਹਿਲੀ ਗੱਲ ਤਾਂ ਮੈਂ ਕਹੂੰਗਾ ਜੇ ਤੁਸੀਂ 100% ਲੀਗਲੀ ਨਹੀਂ ਕਰ ਸਕਦੇ ਤੇ ਮੇਰਾ ਖਿਆਲ ਆ ਵੀ ਦੁਨੀਆ ਦੇ ਵਿੱਚ ਕੋਈ ਬਿਜ਼ਨਸ ਹੀ ਨਹੀਂ ਕਰਨਾ ਚਾਹੀਦਾ ਜੇ 100% ਲੀਗਲ ਆ ਤੇ ਤੁਸੀਂ ਤਰੱਕੀ ਕਰਨੀ ਆ ਜੇ ਤੁਸੀਂ ਜੇ ਤੁਸੀਂ ਲੌਂਗ ਟਰਮ ਤੁਸੀਂ ਕੋਈ ਵੀ ਕੰਮ ਕਰਨਾ ਉਹ ਕੰਮ 100% ਲੀਗਲ ਚਾਹੀਦਾ ਉਹਦੇ ਬਿਗੈਰ ਤਾਂ ਮੇਰਾ ਖਿਆਲ ਆ ਵੀ ਕੋਈ ਵੀ ਐਦਾਂ ਦਾ ਕੰਮ ਨਹੀਂਗਾ ਬਈ ਜਿਹੜੇ ਚ ਤੁਸੀਂ ਗਾਂ ਬੱਦ ਸਕਦੇ ਜਾਂ ਤੁਸੀਂ ਲੌਂਗ ਟਰਮ ਉਹ ਕੰਮ ਕਰ ਸਕਦੇ ਆ ਇਸੀ ਕਰਕੇ ਮੈਂ ਕਹਿੰਦਾ ਆਪਾਂ ਪੰਜਾਬੀ ਜਿੰਨੇ ਵੀ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਬਹੁਤ ਦੇਰ ਤੋਂ ਟਰੱਕਿੰਗ ਤੋਂ ਆ ਮੈਂ ਦੇਖਣਾ ਹੁਣ ਮੈਂ ਤਾਂ 960 ਆਇਆ ਇੱਥੇ ਪਹਿਲਾਂ ਬਹੁਤ ਜਿੱਦਾਂ 70 ਤੋਂ ਲੈ ਕੇ ਆਪਣੇ ਪੰਜਾਬੀ ਬੰਦੇ ਇਸ ਬਿਜ਼ਨਸ ਦੇ ਵਿੱਚ ਆ ਸਾਰੇ ਭਰਾ ਆ ਸਾਰੇ ਜਾਣਦੇ ਆ ਇੱਕ ਆਪਣੇ ਕਮੀ ਰਹੀ ਆ ਬਈ ਜਿਹੜੀ ਕਮੀ ਉਹ ਇਹ ਰਹੀ ਆ ਜੀ ਬਈ ਜਿਹੜਾ ਆਪਾਂ ਤਰੱਕੀ ਨਹੀਂ ਕੀਤੀ ਖਾਸ ਕਿਉਂਕਿ ਹੁਣ ਮੈਂ ਦੇਖਦਾ ਹਾਂ ਨਾ ਜਿਹੜੀਆਂ ਜਿੱਦਾਂ ਇੱਥੇ ਅਮਰੀਕਨ ਕੰਪਨੀਆਂ ਜਿੱਦਾਂ ਲਾਲਾ ਵੀ ਕੋਈ ਵੀ ਵੱਡੀਆਂ ਕੰਪਨੀਆਂ ਹਾਰਟ ਲੈਣ ਦਾ ਲਾਭ ਵੀ ਉਹ 70 75 ਦੇ ਕੰਮ ਤੇ ਆਏ ਉਹ ਅੱਜ ਪਬਲਿਕ ਟ੍ਰੇਡਿਡ ਕੰਪਨੀਆਂ ਆ ਉਹ ਅੱਜ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਆ ਉਹ ਔਰ ਉਹਨਾਂ ਨੇ ਬਹੁਤ ਫਾਇਦਾ ਵੀ ਬੰਦਲ ਕੀ ਬਹੁਤ ਪ੍ਰੋਫਿਟੇਬਲ ਕੰਪਨੀਆਂ ਆ ਉਹ ਔਰ ਉਹਨਾਂ ਨੇ ਪੈਸਾ ਤੇ ਆਪਾਂ ਕੋਈ ਖਾਸ ਜਿਹੜਾ ਮਿਹਨਤ ਕੀਤੀ ਆ ਆਪਾਂ ਬਹੁਤ ਜ਼ਿਆਦਾ ਆਪਣੇ ਬੰਦੇ ਬਹੁਤ ਆਪਾਂ ਮਿਹਨਤੀ ਆ ਮਿਹਨਤ ਕੀਤੀ ਪਰ ਜੇ ਆਪਾਂ ਇਕ ਲਾ ਲਈ ਬਿਜ਼ਨਸ ਪੁਆਇੰਟ ਆਫ View ਤੋਂ ਆਪਾਂ ਕੋਈ ਖਾਸ ਤਰੱਕੀ ਨਹੀਂ ਕੀਤੀ ਤੇ ਉਹਦਾ ਕਾਰਨ ਇਹ ਹੀ ਆ ਵੀ ਆਪਾਂ ਨਿੱਕੀਆਂ ਨਿੱਕੀਆਂ ਗਲਤੀਆਂ ਛੋਟੀਆਂ ਛੋਟੀਆਂ ਕਰਦੇ ਰਹਿੰਨੇ ਆ ਆਪਾਂ ਉਹਨਾਂ ਦੀ ਟੇਕ ਕੇ ਨਹੀਂ ਕਰਦੇ ਔਰ ਛੋਟੀਆਂ 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 ਗੱਲਾਂ ਜਿਹੜੀਆਂ ਬਹੁਤ ਵੱਡੀਆਂ ਬਣ ਜਾਂਦੀਆਂ ਤੇ ਉਹਦਾ ਲੌਂਗ ਟਰਮ ਤੁਹਾਨੂੰ ਉਹਦਾ ਜਿਹੜਾ ਫਾਇਦਾ ਜਾਂ ਕੁਝ ਵੀ ਤੁਹਾਨੂੰ ਦੇ ਕਾਂਸੀਕਵੈਂਸ ਜਿਹੜੇ ਆ ਭੁਗਤਣੇ ਪੈਂਦੇ ਆ ਜੀ ਅਹ ਇੱਕ ਬਹੁਤ ਵੱਡੀ ਵੀਕਨੈਸ ਹੈ ਆਪਣੇ ਆਪਣੇ ਸਮਾਜ ਦੇ ਆਪਣੇ ਜਿੰਨੇ ਵੀ ਟਰੱਕ ਵੀਰ ਜਿੰਨੇ ਵੀ ਭਰਾ ਆ ਇਸ ਬਿਜ਼ਨਸ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਇਹ ਕਿਸਮ ਦੀ ਵੀਕਨੈਸ ਹੈ ਵੀ ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਆਂ ਤੇ ਉਹਦਾ ਦਾ ਲੇਟਰਨ ਉਹਦੇ ਕਾਂਸੀਕਵੈਂਸ ਜਿਹੜੇ ਆਪਾਂ ਨੂੰ ਪੇ ਪੇ ਕਰਨੇ ਪੈਂਦੇ ਇੱਕ ਅਸੀਂ ਮੀਡੀਅਮ ਜਿਹੜੀਆਂ ਹੈਗੇ ਨੇ ਜਾਂ ਜਿੰਨਾਂ ਕੋਲ ਦੋ-ਚਾਰ ਟਰੱਕ ਨੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤੇ ਉਹ ਬਹੁਤ ਸਾਰੇ ਲੋਕ ਬੰਦ ਕਰ ਗਏ ਕੰਪਨੀਆਂ ਵੱਡੀਆਂ ਕੰਪਨੀ ਚਲ ਬੜਾ ਫਰਕ ਨਹੀਂ ਪਿਆ ਦੋ ਚਾਰ ਟਰੱਕਾਂ ਵਾਲੇ ਵੀ ਬੰਦ ਕਰ ਗਏ ਉਹਦੇ ਕਾਰਨ ਕੀ ਲੱਗਦੇ ਨੇ ਜੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਜਿੰਨਾ ਕੁ ਵਰਕਆਊਟ ਕੀਤਾ ਇਹ ਸੀਗਾ ਕਿ ਉਹ ਜੇ ਟਰੱਕ 15 ਦਿਨ ਖੜ ਗਿਆ ਤੇ ਉਹਨਾਂ ਕੋ ਉਹਦਾ ਬੈਕਅਪ ਨਹੀਂ ਰੱਖਦੇ ਜੇ ਪਹਿਲਾਂ ਹੁਣ ਪੈਸੇ ਜਦੋਂ ਕਮਾਉਣੇ ਉਦੋਂ ਤੇ ਇਹ ਵੀ ਇੰਡੀਆ ਭੇਜਤਾ ਜੀ ਉੱਥੇ ਕੋਠੀ ਪਾ ਲਓ ਤੇ ਇਹ ਪਾ ਲਓ ਤੇ ਬਾਅਦ ਦੇ ਵਿੱਚ ਜਦੋਂ ਖੜੇ ਪੈਰ ਲੋਡ ਪੈਂਦੀ ਤਾਂ ਬੈਕਅਪ ਨਹੀਂ ਹੁੰਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿਹੜੀਆਂ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਜੀ ਆਮ ਜਿਹੜੇ ਅਸੀਂ ਮੀਡੀਅਮ ਟਰੱਕਾਂ ਵਾਲਿਆਂ ਦੀ ਗੱਲ ਕਰਦੇ 5 7 10 ਟਰੱਕ ਤੱਕ ਨੇ ਭਾਈ ਮੈਂ ਤਾਂ ਨਹੀਂ ਕਹੂੰਗਾ ਬਈ ਮੀਡੀਅਮ ਟਰੱਕਾਂ ਤੋਂ ਅਸੀਂ ਵੀ ਇੱਕ ਤੋਂ ਸਟਾਰਟ ਕੀਤਾ ਅਸੀਂ ਵੀ ਇੱਕ ਤੋਂ 2 3 10 20 ਇਦਾਂ ਗਾ ਹੀ ਇਦਾਂ ਹੀ ਚਾਹ ਹੁੰਦਾ ਪਰ ਇਹ ਜੇ ਮੇਨ ਗੱਲ ਇਹ ਆ ਵੀ ਤੁਹਾਨੂੰ ਇਸ ਕੰਮ ਬਾਰੇ ਪਤਾ ਹੋਣਾ ਚਾਹੀਦਾ ਆਪਣੇ ਬੰਦੇਾਂ ਦਾ ਕਿਸੇ ਵੇਲੇ ਇਦਾਂ ਹੋ ਜਾਂਦੀ ਆ ਵੀ ਆਪਾਂ ਕੰਮ ਟਰੱਕਿੰਗ ਦਾ ਸਟਾਰਟ ਕਰ ਲੈਨੇ ਆਪਾਂ ਉਹਦੇ ਬਾਰੇ ਆਪਾਂ ਨੂੰ ਪੂਰੀ ਨੌਲੇਜ ਨਹੀਂ ਪਤਾ ਹੁੰਦੀ ਆਪਾਂ ਮੇਨ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਜਿਹੜੀਆਂ ਨਿੱਕੀਆਂ 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 ਗਲਤੀਆਂ ਉਹ ਦੇਖਣ ਨੂੰ ਤਾਂ ਕਿਸੇ ਲਈ ਹੁੰਦੀਆਂ ਨਿੱਕੀ ਜਿਹੀ ਆਪਾਂ ਕਹਿੰਦੇ ਚਲੋ ਜੋ ਜੋ ਆਪਣਾ ਬਣਿਆ ਹੀ ਆ ਵੀ ਵੱਡਾ ਦਿਮਾਗ ਦੇ ਵਿੱਚ ਆ ਕੋਈ ਨਹੀਂ ਦੇਖ ਲਵਾਂਗੇ ਕਰ ਲਵਾਂਗੇ ਹੋ ਜਾਊਗਾ ਜੀ ਉਹ ਪਰ ਜਦੋਂ ਨਿੱਕਿਆਂ ਦਾ ਉਹ ਜਦੋਂ 5-7 ਸਾਲਾਂ ਦੇ ਵਿੱਚ ਉਹਨਾਂ ਦਾ ਉਹਦੇ ਕਾਂਸੀਕਵੈਂਸਸ ਬਾਹਰ ਆਉਣ ਲੱਗਦੇ ਆ ਤੇ ਜਦੋਂ ਉਹਦੇ ਕਾਂਸੀਕਵੈਂਸਸ ਫੇਰ ਆਪਾਂ ਉਹ ਇੱਕ ਸਾਰਾ ਕੁਝ ਇਕੱਠਾ ਹੋ ਜਾਂਦਾ ਮੁੜ ਕੇ ਆਪਣੇ ਤੋਂ ਉਹ ਟੇਕੇ ਨਹੀਂ ਹੁੰਦੀ ਉਤੋਂ ਸਾਰਾ ਕੰਮ ਫੇਲ ਹੋ ਜਾਂਦਾ ਪਰ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਬਈ ਹੁਣ ਹਰੇਕ ਹੀ ਬੰਦਾ ਹਰੇਕ ਜਿੰਨੇ ਕਾਮਯਾਬੀ ਐਸ ਬੰਦੇ ਹਰੇਕ ਨੇ ਇੱਕ ਤੋਂ ਦੋ ਤੋਂ ਇਵਨ ਕੀ ਜਿਹੜੀਆਂ ਗੋਰਿਆਂ ਦੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਵੀ ਇੱਕ ਤੋਂ ਹੀ ਕੰਮ ਸਟਾਰਟ ਕੀਤਾ ਤੇ ਜੇ ਹੁਣ ਆਪਾਂ ਕਹੇ ਵੀ ਆਪਾਂ ਹਜ਼ਾਰ ਟਰੱਕ ਲੈ ਕੇ ਤਰੱਕੀ ਨਹੀਂ ਪਰ ਜਿਹੜਾ ਕੀ ਜੋ ਵੀ ਕਾਨੂੰਨ ਬਣਿਆ ਆਪਣੇ EMPLOYEES ਦੀ ਟੇਕ ਕੇਰ ਕਰਨਾ ਜਾਂ ਇਦਾਂ ਦੀਆਂ ਗੱਲਾਂ ਦਾ ਜਿਹੜੇ ਹੋਰ ਬਿਜ਼ਨਸ ਤੇ ਰਾਜਿਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਵਾਹ ਜੀ ਬਹੁਤ ਵਧੀਆ ਜਾਣਕਾਰੀ ਹੈ ਕਿ ਇੱਕ ਹੋਰ ਜਿਹੜੀ ਕੈਲੀਫੋਰਨੀਆ ਬਾਰੇ ਗੱਲ ਮਸ਼ਹੂਰ ਹੈ ਜਦੋਂ ਅਸੀਂ ਨਿਊਯਾਰਕ ਰਹਿੰਦੇ ਸੀ ਉਦੋਂ ਵੀ ਜਦੋਂ ਆਉਂਦੇ ਸੀ ਤਾਂ ਸਾਨੂੰ ਇਹ ਗੱਲ ਸੁਣਨ ਨੂੰ ਮਿਲਦੀ ਸੀ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਟਰੱਕ ਡਰਾਈਵਰ ਤੇ ਹਸਪੀਟਲ 'ਚ ਨਰਸਾਂ ਤੇ ਇਹ ਰੈਸਟੋਰੈਂਟ 'ਚ ਸ਼ੈਫ ਇਹਦੀ ਕਮੀ ਰਹੀ ਹੈ ਚਲੋ ਬਾਕੀ ਅਸੀਂ ਬਾਲੀ ਗੱਲ ਨਹੀਂ ਕਰਦੇ ਤੇ ਡਰਾਈਵਰਾਂ ਦੀ ਕਮੀ ਕੈਲੀਫੋਰਨੀਆ ਚ ਹਮੇਸ਼ਾ ਕਿਉਂ ਰਹੀ ਆ ਭਾਈ ਜਿਹੜੇ ਡਰਾਈਵਰਾਂ ਦੀ ਕਮੀ ਆ ਉਹ ਤਾਂ ਜੇ ਤੁਸੀਂ ਹੁਣ ਆਪਾਂ ਵੱਡੇ ਸਟੈਟਿਸਟਿਕ ਦੇਖਦੇ ਆ ਇੰਡਸਟਰੀ ਦੇ ਲੈਵਲ ਦੇ ਉੱਤੇ ਡਰਾਈਵਰਾਂ ਦੀ ਹਮੇਸ਼ਾ ਹੀ ਕਮੀ ਰਹੀ ਆ ਜੇ ਆਪਾਂ ਚਲੋ ਆਪਾਂ ਵੀ ਕੰਪਨੀਆਂ ਟ੍ਰਕਿੰਗ ਹਰੇਕ ਨੂੰ ਈਵਨ ਕੀ ਵੱਡੀਆਂ ਜੇ ਵੀ ਹਾਂ ਲਾਲਾ ਸਨਾਈਡਰ ਨੂੰ ਹਮੇਸ਼ਾ ਹੀ ਡਰਾਈਵਰਾਂ ਦੀ ਜਿਹੜੀ ਆ ਜੇ ਅਸੀਂ ਬਾਹਰ ਕੰਫਰਸਟੇ ਜਾਇਦਾ ਜਾਂ ਕੋਈ ਵੀ ਇਸ ਮਤਲਬ ਤੇ ਬਿਜ਼ਨਸ ਕਿਸੇ ਹੋਰ ਵੀ ਟ੍ਰਕਿੰਗ ਅਪਡੇ ਨਾਲ ਗੱਲ ਕਰਦੇ ਵੱਡੀਆਂ ਜਿਹੜੀਆਂ ਕੀ ਫੋਰਚਨ 500 ਕੰਪਨੀਆਂ ਉਹਨਾਂ ਦੇ ਦੇ ਨਾਲ ਵੀ ਗੱਲ ਕੀਤੀ ਡਰਾਈਵਰਾਂ ਦੀ ਤਾਂ ਜੀ ਜਿਹੜੀ ਡਰਾਈਵਰੀ ਆ ਇਹ ਔਖਾ ਇੱਕ ਰਾਮਿਆ ਜੀ ਇਹ ਹੁਣ ਅੱਜ ਕੱਲ ਦੇ ਨਿਆਣੇ ਜਿਹੜੇ ਆ ਉਹ ਪੜ ਕੇ ਅਗਲੇ ਪੜ ਜਾਂਦੇ ਆ ਉਹ ਡਰਾਈਵਰੀ ਨੂੰ ਤਾਂ ਉਹ ਇਹ ਜਾ ਆਪਾਂ ਜਿੱਦਾਂ ਇੰਡੀਆ ਤੋਂ ਆਪਾਂ ਆਏ ਆ ਆਪਾਂ ਸਟਾਰਟ ਕੀਤਾ ਜਿਹੜੇ ਨਿਆਣੇ ਆ ਉਹ ਇਸ ਖੰਮ ਦੇ ਵਿੱਚ ਪਾ ਕੇ ਬੜਾ ਰਾਜੀ ਨਹੀਂਗੇ ਤਾਂ ਜਿਹੜਾ ਫਿਊਚਰ ਆ ਉਹੋ ਜਿਹੜਾ ਡਰਾਈਵਰੀ ਦਾ ਫਿਊਚਰ ਆ ਹਾਰਡ ਲਾਈਫ ਆ ਕਰੋ ਬਾਹਰ ਰਹਿਣਾ ਪੈਂਦਾ ਇਸ ਕਰਕੇ ਹਮੇਸ਼ਾ ਹੀ ਪ੍ਰੋਬਲਮ ਇਸ ਕੰਮ ਦੇ ਵਿੱਚ ਰਹੀ ਆ ਜੀ ਕਿ ਡਰਾਈਵਰਾਂ ਦੀ ਕਮੀ ਰਹੀ ਆ ਇਹ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ ਜੀ ਮੈਨੂੰ ਲੱਗਦਾ ਫਿਰ ਤਾਂ ਡਰਾਈਵਰਾਂ ਤੋਂ ਬਿਨਾਂ ਹੁਣ ਟਰੱਕ ਕੌਣਗੇ ਇਹ ਤਾਂ ਪਤਾ ਨਹੀਂ ਜੀ ਜੇ ਡਰਾਈਵਰਾਂ ਤੋਂ ਬਿਨਾਂ ਟਰੱਕ ਆ ਆਪਣੇ ਮੇਰੇ ਖਸਾਬ ਦੇ ਨਾਲ ਆਪਣੇ ਤਾਂ ਜੀਨੇ ਜੀ ਸ਼ਾਇਦ ਮੈਨੂੰ ਸੈਂਸ ਨਹੀਂ ਬਣਦੀ ਵੀ ਕਿਸੇ ਤਰ੍ਹਾਂ ਗੱਲ ਬਣ ਜੇ ਕਿਉਂਕਿ ਇਨਫਰਾਸਟ੍ਰਕਚਰ ਜਿਹੜੀ ਆ ਹਲੇ ਬਹੁਤ ਪਿੱਛੇ ਆ ਜਿਹੜੀ ਕਿ ਜੇ मेरा ख्याल मेर भी है भी 25 ਸਾਲਾਂ ਤੱਕ ਆਟੋਮੈਟਿਕ ਟਰੱਕ ਜਿਹੜੇ ਆ ਵੀ ਦੇਖਣ ਨੂੰ ਮਿਲ ਸਕਦੇ ਆ ਪਰ ਹਾਲੇ ਤੱਕ ਆਪਾਂ ਤੋਂ ਬਹੁਤ ਪਿੱਛੇ ਆ ਜੀ ਅੱਛਾ ਇੱਕ ਹੋਰ ਸਵਾਲ ਸਾਡੇ ਦਰਸ਼ਕ ਜਿਹੜੇ ਪੂਰੀ ਦੁਨੀਆ ਚ ਬੈਠੇ ਫਿਰ ਦੇਖਦੇ ਕੋਈ ਕਿਸੇ ਜ਼ਰੀਏ ਕੋਈ ਜਸ ਪੰਜਾਬੀ ਤੇ ਕੋਈ ਫਿਰ YouTube ਤੇ ਦੇਖਦਾ ਬਾਅਦ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਵੀ ਮਹਿਮਾਨ ਨਾਲ ਮੈਂ ਗੱਲ ਕਰਦਾ ਮੈਂ ਜੇ ਕਿਤੇ ਇਹ ਸਵਾਲ ਨਾ ਪੁੱਛਿਆ ਤਾਂ ਮੈਨੂੰ ਮੁੜ ਕੇ ਫੋਨ ਆਉਂਦਾ ਵੀ ਯਾਰ ਉਹ ਪੁੱਛਿਆ ਨਹੀਂ ਬੰਦਾ ਸਾਨੂੰ ਸਾਡੇ ਇਲਾਕੇ ਦਾ ਲੱਗਦਾ ਸੀ ਉਹ ਜਿੰਨਾ ਕੋ ਇੰਟਰਵਿਊ ਕੀਤੀ ਸੋ ਜ਼ਰੂਰ ਜਾਣਨਾ ਚਾਹਣਗੇ ਸਾਡੇ ਦਰਸ਼ਕ ਤੁਹਾਡੀ ਬੈਕਗ੍ਰਾਉਂਡ ਕਿਹੜਾ ਪਿੰਡ ਹੈਗਾ ਪੰਜਾਬ ਦੇ ਵਿੱਚ ਕਿੱ ਪਈ ਸਾਡਾ ਪਿੰਡ ਸਦਾਣਾ ਆ ਜੀ ਡਿਸਟ੍ਰਿਕਟ ਜਲੰਧਰ ਦੇ ਵਿੱਚ ਤੇ ਇਹ ਜਲੰਧਰ ਤੋਂ ਕੋਈ 10 16 17 ਕਿਲੋਮੀਟਰ ਦੂਰ ਦੇ ਉੱਤੇ ਆ ਪਠਾਨਕੋ ਰੋਡ ਦੇ ਉੱਤੇ ਜੀ ਤੇ ਕਿੰਨੀ ਦੇਰ ਹੋ ਗਈ ਫਿਰ ਇੱਧਰ ਆਇਆ ਨੂੰ ਇੱਧਰ ਆਇਆ ਨੂੰ ਜੀ অলਮੋਸਟ ਹੁਣ ਮੋਸਟ 22 ਸਾਲ ਹੋ ਗਏ ਜੀ ਜੀ ਹੁਣ ਅਸੀਂ ਥੋੜੀ ਜੀ ਲੈਜੈਂਡ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਇਹਦੇ ਕਿੱਥੇ ਕਿੱਥੇ ਤੁਹਾਡੇ ਫੀਨਿਕਸ ਵੀ ਆਈ ਜਿਹੋ ਉਹਨਾਂ ਵਿੱਚ ਵੀ ਹੈ ਐਲ ਵੀ ਹੈ ਹੋਰ ਕਿੱਥੇ ਕਿੱਥੇ ਆਪਣੇ ਹੈਗੇ ਜੀ ਹਾਂ ਜੇ ਸਾਡੇ ਤੋਂ ਜਿਹੜਾ 11 ਵੈਸਟਰਨ ਸਟੇਟ ਦੇ ਵਿੱਚ ਹੈਗੇ ਉਹਦਾ ਡਰਾਪ ਯਾਰਡ ਤਾਂ ਬਹੁਤ ਆਹੀਆਂ ਪਰ ਜਿਹੜਾ ਮੇਨ ਸਾਡਾ ਆਫਿਸ ਉਹ ਫੀਨਿਕਸ ਟੇ ਰੈਂਚੋ ਕੁਕਮੰਗਾ ਜਾਂ ਟੈਕਸਸ ਦੇ ਵਿੱਚ ਹੈ ਜੀ ਜੀ ਸੋ ਅਸੀਂ ਲੈਜੈਂਡ ਦੀ ਗੱਲ ਕਰੀਏ ਤੇ ਲੈਜੈਂਡ ਟਰਾਂਸਪੋਰਟੇਸ਼ਨ ਦਾ ਇੱਕ ਨਾਮ ਜਿਹੜਾ ਬਿਲਕੁਲ ਵੱਖਰਾ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ ਕਿਤੇ ਵੀ ਅਸੀਂ ਸਾਨੂੰ ਵੀ ਟਰੈਵਲ ਕਰਨ ਦਾ ਬਹੁਤ ਮੌਕਾ ਮਿਲਦਾ ਰਹਿੰਦਾ ਤੇ ਕਿਤੇ ਵੀ ਜਾਈਏ ਤੇ ਲੈਜੈਂਡ ਦੇ ਸਾਨੂੰ ਟਰੱਕ ਟਰਾਲੇ ਦਿਸਦੇ ਹੀ ਹੈਗੇ ਨੇ ਸੋ ਇਹਦੀ ਜਿਹੜੀ ਰਿਕੁਆਇਰਮੈਂਟ ਹੈਗੀ ਤੁਹਾਡੀ ਅੱਜ ਕੱਲ ਕੀ ਹੈਗੀ ਆ ਕੰਪਨੀ ਨੂੰ ਕੀ ਕੀ ਜ਼ਰੂਰਤ ਹੈਗੀ ਸਾਨੂੰ ਡਰਾਈਵਰਾਂ ਦੀ ਹਮੇਸ਼ਾ ਲੋੜ ਰਹਿੰਦੀ ਆ ਜੀ ਸਭ ਤੋਂ ਮੇਨ ਚਲਾਉਂਦੇ ਕੰਪਨੀ ਨੂੰ ਚਲਾਉਣ ਵਾਲੇ ਡਰਾਈਵਰ ਆ ਸੋ ਡਰਾਈਵਰਾਂ ਦੀ ਜਿਹੜੀ ਆ ਹਮੇਸ਼ਾ ਹੀ ਸਾਨੂੰ ਲੋੜ ਆ ਜੇ ਕਿਸੇ ਆਪਣੇ ਸੱਜਣ ਨੂੰ ਜਾਂ ਕਿਸੇ ਨੂੰ ਵੀ ਜੌਬ ਦੀ ਜਾਂ ਕਿਸੇ ਨੂੰ ਉਧਰ ਦਾ ਆਫਿਸ ਦੇ ਵਿੱਚ ਵੀ EMPLOYEES ਦੀ ਸਾਨੂੰ ਹਮੇਸ਼ਾ ਲੋੜ ਰਹਿੰਦੀ ਆ ਤੇ ਕਾਲ ਕਰੋ ਸਾਨੂੰ ਜੀ ਬਿਲਕੁਲ ਨੰਬਰ ਸਕਰੀਨ ਤੇ ਆ ਰਿਹਾ ਹੋਏਗਾ ਸਾਡੇ ਦਰਸ਼ਕ ਦੇਖ ਸਕਦੇ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ ਸਨੀ ਸਾਹਿਬ ਨੂੰ ਸਨੀ ਸਮਰਾਜੀ ਜਿਹੜੇ ਉਹਨਾਂ ਨਾਲ ਗੱਲ ਚੱਲ ਰਹੀ ਹੈ ਤੁਹਾਨੂੰ ਕੋਈ ਨਾ ਕੋਈ ਸਟਾਫ ਦਾ ਜਿਹੜਾ ਮੈਂਬਰ ਜ਼ਰੂਰ ਗਾਈਡ ਕਰੇਗਾ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈਗੀ ਆ ਤੇ ਸਨੀ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਬੜੀ ਮਿਹਰਬਾਨੀ ਥੈਂਕ ਯੂ ਜੱਗੀ ਭਾਜੀ ਥੈਂਕ ਯੂ ਸਾਡੇ ਜਸ ਪੰਜਾਬੀ ਦੇ ਦਰਸ਼ਕ ਦੇਖ ਰਹੇ ਨੇ ਜੀ ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਅਸੀਂ ਆਏ ਸੀ ਅੱਜ ਸਨੀ ਸਮਰਾਥ ਸਾਹਿਬ ਨਾਲ ਪਹਿਲਾਂ ਗੱਲ ਕੀਤੀ ਹੈ ਹੁਣ ਸਾਡੇ ਨਾਲ ਇਥੋਂ ਹੀ ਲੈਜੈਂਡ ਟਰਾਂਸਪੋਰਟ ਤੋਂ ਸਾਡੇ ਨਾਲ ਮਹਿਮਾਨ ਜੁੜੇ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ ਜਸਵੰਤ ਜੰਡਾ ਸਾਹਿਬ ਸਨੀ ਸਮਰਾਥ ਸਾਹਿਬ ਨੇ ਵਿਚਾਲੇ ਤੇ ਨਾਲ ਉਹਨਾਂ ਦੇ ਸਰਬਜੀਤ ਸਿੰਘ ਜੀ ਮਾਨ ਸਾਹਿਬ ਜੰਡਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਕਹਿੰਦੀ ਹੈ ਜੀ ਟਰੱਕਿੰਗ ਇੰਡਸਟਰੀ ਅੱਜ ਕੱਲ ਖਾਸ ਤੌਰ ਤੇ ਕੋਵਿਡ ਦੌਰਾਨ ਕੀ ਮਾਹੌਲ ਰਿਹਾ ਤੇ ਅੱਜ ਕੱਲ ਕੀ ਹੈ ਠੀਕ ਆ ਜੀ ਪਿ ਹੁਣ ਇਸ ਸਾਲ ਤਾਂ ਕਿਰਪਾ ਗੁਰੂ ਮਹਾਰਾਜ ਦੀ ਜੀ ਤੁਸੀਂ ਕਿੰਨੀ ਦੇਰ ਤੋਂ ਹੈਗੇ ਇਸ ਇੰਡਸਟਰੀ 'ਚ ਅਸੀਂ ਇਕੱਠੇ ਹੀ ਆ ਜੀ ਅਸੀਂ 96 ਤੋਂ ਹੀ ਪਏ ਹਾਂ ਠੀਕ ਹੈ ਜੀ ਅੱਛਾ ਆਮ ਤੌਰ ਤੇ ਅਸੀਂ ਇਧਰਲੇ ਇੰਡੀਆ ਦੀ ਗੱਲ ਕਰੀਏ ਤੇ ਲੇਡੀਜ਼ ਦਾ ਬਹੁਤ ਘੱਟ ਯੋਗਦਾਨ ਹੁੰਦਾ ਹੈ ਟਰਕਿੰਗ ਟਰਾਂਸਪੋਰਟ ਦੇ ਵਿੱਚ ਇਧਰ ਲੇਡੀਜ਼ ਦਾ ਕਿੰਨਾ ਕੋ ਯੋਗਦਾਨ ਹੈਗਾ ਜੀ ਟਰਾਂਸਪੋਰਟ ਦੇ ਵਿੱਚ ਨਹੀਂ ਇੱਥੇ ਤਾਂ ਜੀ ਬਹੁਤ ਆ ਇੱਥੇ ਤਾਂ ਕਹਿ ਲਓ ਵੀ 50 50 ਕਹਿ ਲਓ ਕਿਉਂਕਿ ਜੇ ਤੁਹਾਨੂੰ ਜੇ ਤੁਹਾਨੂੰ ਕੋਈ ਫੈਮਿਲੀ ਦੀ ਸਪੋਰਟ ਆ ਮਗਰ ਤਦ ਹੀ ਤੁਸੀਂ ਕੋਈ ਵੀ ਬਿਜ਼ਨਸ ਚ ਕਾਮਯਾਬ ਹੋ ਸਕਦੇ ਆ ਤੇ ਸਾਡੇ ਆਫਿਸ ਚ ਦੇਖ ਲਓ ਮੇਰਾ ਖਿਆਲ ਆ ਵੀ 70% ਲੇਡੀਆਂ ਹੋਣੀਆਂ ਹਾਂ ਜੀ ਨਹੀਂ ਬਿਲਕੁਲ ਸਹੀ ਗੱਲ ਆ ਅਸੀਂ ਪਰ ਜਦੋਂ ਨਵੇਂ ਨਵੇਂ ਆਉਂਦਾ ਸੀ ਨਾ ਅਮਰੀਕਾ ਸਨ ਨਹੀਂ ਪਾਜੀ ਹਾਂਜੀ ਹਾਂਜੀ ਤੇ ਜਦੋਂ ਕੋਈ ਲੇਡੀ ਟਰੱਕ ਚਲਾਈ ਦੇਖਣੀ ਕਿਤੇ ਤੇ ਉੱਤਰਦੇ ਅਸੀਂ ਬੜੇ ਹੈਰਾਨ ਹੋਣਾ ਐਡਾ ਵੱਡਾ ਟਰੱਕ ਲੇਡੀ ਚਲਾਈ ਜਾਂਦੀ ਆ ਜਦ ਕਿ ਹੁਣ ਤਾਂ ਮੇਰੇ ਖਿਆਲ ਸ੍ਰੀ ਭਾਜੀ ਇੱਥੇ ਪੂਰਾ ਪੂਰੇ ਦੇ ਪੂਰੇ ਕੰਮ ਜਿਹੜੇ ਨੇ ਟਰਕਿੰਗ ਇੰਡਸਟਰੀ ਨਾਲ ਸੰਬੰਧਿਤ ਲੇਡੀਆਂ ਇਨਵੋਲਵ ਨੇ ਹਾਂਜੀ ਬਿਲਕੁਲ ਜੀ ਪੂਰਾ ਯੋਗਦਾਰ ਹੈ ਜੀ ਆਲਮੋਸਟ ਤੁਸੀਂ ਇਹ ਕਹਿ ਸਕਦੇ ਆਂ ਵੀ ਜਿੰਨਾ ਬੰਦਿਆਂ ਦਾ ਉਹਨਾਂ ਹੀ ਲੇਡੀਜ਼ ਦਾ ਜੀ ਜੀ ਹਾਂਜੀ ਇਹ ਆਪਾਂ ਵੈਸੇ ਗੱਲ ਕੀਤੀ ਸਾਡੇ ਦਰਸ਼ਕਾਂ ਨੇ ਸੁਣੀ ਹੈ ਪਰ ਫਿਰ ਵੀ ਹੁਣ ਅਸੀਂ ਬਾਹਰ ਅਸੀਂ ਥੋੜਾ ਮਾਹੌਲ ਵੀ ਸਾਡੇ ਦਰਸ਼ਕਾਂ ਨੂੰ ਦਿਖਾਈਏ ਸਰਜੀਤ ਮਾਨ ਸਾਹਿਬ ਤੁਹਾਡਾ ਕੀ ਤਜਰਬਾ ਰਿਹਾ ਜੀ ਘੋੜੇ ਆ ਜੀ ਬਾਕੀ ਤਿੰਨੇ ਭਰਾ ਅਸੀਂ ਇਕੱਠੇ ਆਂ ਜੀ ਵਧੀਆ ਹੈ ਜੀ ਇਹ ਤੁਹਾਡਾ ਕਿਹੜਾ ਏਰੀਆ ਉਹਦੇ ਨੂੰ ਸਾਡਾ ਗੜ ਸ਼ੰਕਰ ਜ਼ਿਲ੍ਹਾ ਹਿਸ਼ਾਲਪੁਰ ਹੈ ਜੀ ਵਾਹ ਜੀ ਵਾਹ ਤੇ ਕਾਫੀ ਧੇਰ ਹੋ ਗਈ ਇੱਧਰ ਹਾਂ ਜੀ ਜਿਹੜੇ ਜਿਹੜੇ ਨਵੇਂ ਬੰਦੇ ਕੋਈ ਆਉਣੇ ਚਾਹੁੰਦਾ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਨਵਾਂ ਪੈਰ ਰੱਖਣਾ ਚਾਹੁੰਦਾ ਪਹਿਲਾਂ ਮੰਨ ਲਓ ਇੰਡੀਆ ਤੋਂ ਆਇਆ ਤਾਂ ਹਜੇ ਵਿਚਾਰੇ ਦੇ ਹੁਣ ਇੱਕ ਕਾਗਜ਼ ਪੱਤਰ ਬਣੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹ ਪਹਿਲਾਂ ਉਹਨਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਜੀ ਜਨਾਬ ਸਾਹਿਬ ਕੋਈ ਨਵੇਂ ਲੋਕਾਂ ਨੂੰ ਤੁਸੀਂ ਵੀ ਸੁਨੇਹਾ ਦਿਓ ਜਿਹੜੇ ਇਸ ਲਾਈਨ 'ਚ ਪੈਣਾ ਚਾਹੁੰਦੇ ਆ ਡਰਾਈਵਿੰਗ ਲਾਈਨ 'ਚ ਜਾਂ ਬੱਸ ਜੀ ਐਕਸਪੀਰੀਅੰਸ ਹੋਣਾ ਚਾਹੀਦਾ ਪਹਿਲੋਂ ਕਿਸੇ ਵੀ ਕੰਮ 'ਚ ਪੈਨੇ ਆ ਇਕੱਲਾ ਟਰੱਕਿੰਗ ਨਹੀਂ ਤੇ ਉਹਦਾ ਤੁਹਾਨੂੰ ਥੋੜੀ-ਬਹੁਤ ਨੌਲੇਜ ਹੋਣੀ ਚਾਹੀਦੀ ਆ ਉਸ ਕੰਮ ਦੀ ਫੇਰ ਤੁਸੀਂ ਪਾਉ ਤਾਂ ਚੰਗੀ ਗੱਲ ਤੇ ਬਾਕੀ ਲਗਨ ਨਾਲ ਕੰਮ ਕਰੋ ਮਿਹਨਤ ਨਾਲ ਜੀ ਸਾਰਾ ਕੁਝ ਮਿਲਦਾ ਫਿਰ ਜੀ ਬਿਲਕੁਲ ਜੀ ਸ੍ਰੀ ਸਬਰਾ ਸਾਹਿਬ ਨੇ ਪਹਿਲਾਂ ਬਹੁਤ ਵਧੀਆ ਸਨੇਹਾ ਦਿੱਤਾ ਬਹੁਤ ਵਧੀਆ ਜਾਣਕਾਰੀ ਵੀ ਸਾਨੂੰ ਦਿੱਤੀ ਹੈ ਸਾਡੇ ਜਿਹੜੇ ਦਰਸ਼ਕ ਘਰਾਂ ਵਿੱਚ ਬੈਠੇ ਅੱਜ ਅਸੀਂ ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਦੇ ਆਏ ਸੀਗੇ ਤੇ ਅਸੀਂ ਸੋਚਿਆ ਜੀ ਜ਼ਰੂਰ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਵਾਸਤੇ ਅਸੀਂ ਸਾਂਝੀ ਕਰੀਏ ਉਮੀਦ ਕਰਦਾ ਜੀ ਅੱਜ ਦੀ ਜਿਹੜੀ ਟਰਕਿੰਗ ਨਾਲ ਸੰਬੰਧਿਤ ਜਾਣਕਾਰੀ ਹੈ ਉਹ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਲੱਗੀ ਹੋਊਗੀ ਮੈਂ ਜਗਤਾਰ ਸਿੰਘ ਜੱਗੀ ਗੁਰਪ੍ਰੀਤ ਦੇ ਨਾਲ ਆਗਿਆ ਦਿਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ